ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲਾ ਇਨਸਾਨ ਢਿੱਲੋਂ ਜਾਣੀ ਔਕਾਤ ਢਿੱਲੋਂ ਯਾਰੀਆਂ 'ਚ ਖੜਨ ਵਾਲਾ ਅਤੇ ਗਰੀਬਾਂ ਦਾ ਮਦਦਗਾਰ, ਪਰ ਅੱਜ ਉਸਦੇ ਹੀ ਇੱਕ ਕਾਮੇ 'ਤੇ ਮੁਸੀਬਤ ਆਈ ਅਤੇ ਉਹਦੇ ਨਾਲ ਵੀ ਆਪਣਾ ਫਰਜ਼ ਨਿਭਾਉਣ ਲਈ ਹਿੱਕ ਤਾਣ ਕੇ ਖੜਿਆ। ਕਦੇ ਵੀ ਯਾਰਾਨਾ ਨਹੀਂ ਓ ਰੱਖਿਆ, ਸਰਕਲ ਚ ਬੰਦਾ ਕੋਈ ਬੇਗਾਨਾ ਨਹੀਂ ਓ ਰੱਖਿਆ, ਸਰਕਲ ਚ ਬੰਦਾ ਕੋਈ ਬੇਗਾਨਾ ਨਹੀਂ ਓ ਰੱਖਿਆ। ਮੋੜੇ ਆਖਦੀ ਮੈਂ ਘੂਰ ਨਾਲ ਕਈ ਆ ਸ਼ਿਕਾਰੀ, ਉਂਝ ਉੱਡਦੇ ਪਰਿੰਦੇ ਪੁੰਜੇ ਲਾਉਣਾ ਜਾਣਦੇ, ਜਿੱਥੇ ਹੱਥ ਨਹੀਂ ਛੱਡੀਦਾ, ਵਹਿਮ ਸਾਡੇ ਵਾਰੇ ਪਾਲੇ ਰੀਝਾਂ ਨਾਲ ਕੱਢੀਦਾ, ਆਪਣੇ ਤੋਂ ਮਾੜਾ ਉਹਦਾ ਹੱਥ ਨਹੀਂ ਛੱਡੀਦਾ, ਵਹਿਮ ਸਾਡੇ ਵਾਰੇ ਪਾਲੇ ਰੀਝਾਂ ਨਾਲ ਕੱਢੀਦਾ, ਵਹਿਮ ਸਾਡੇ ਵਾਰੇ ਪਾਲੇ ਰੀਝਾਂ ਨਾਲ ਕੱਢੀਦਾ। ਸਰਕਾਰਾਂ ਨਾਲ ਸਿੱਧੀ ਸਾਡੀ ਬਹਿਣੀ ਉੱਠਣੀ, ਹਾਈ ਕੋਰਟ ਤੱਕ ਮਸਲੇ ਮੈਂ ਕੌਣਾ ਜਾਣਦੇ, ਜਿੱਥੇ ਲਾਲ ਰੰਗ ਦੀ ਐ ਥਾਰ, ਧੂੜਾ ਪੱਟ ਦੀ ਹੀ ਜਾਵੇ ਵਿੱਚ ਚਾਰ ਬੈਠੇ ਯਾਰ, ਪੀਤੋਲੇ ਦਾ ਕੜਾ ਤੇ ਲਾਲ ਰੰਗ ਦੀ ਐ ਥਾਰ, ਧੂੜਾ ਪੱਟ ਦੀ ਹੀ ਜਾਵੇ ਵਿੱਚ ਚਾਰ ਬੈਠੇ ਯਾਰ, ਜਾਵੇ ਵਿੱਚ ਚਾਰ ਬੈਠੇ ਯਾਰ। ਵੈਰੀ ਕਰ ਦਿੱਤੇ ਹਾਈਡ ਅੱਜ ਸਾਰੇ ਟਾਊਨ ਚੋਂ, ਬੂਟਾ ਸੜਦੇ ਦੀ ਹਿੱਕ ਉੱਤੇ ਲਾਉਣਾ ਜਾਣਦੇ, ਜਿੱਥੇ ਜਿਉਂਦਾ ਰੋਬ ਕਿਸੇ ਦਾ ਨੀ ਚੱਲਦਾ, ਏਰੀਏ ਚ ਸਿੱਕਾ ਪੂਰਾ ਮਿੱਤਰਾਂ ਦਾ ਚੱਲ, ਦਿਲੋਂ ਮਰਜ਼ੀ ਨਾ ਜਿਉਂਦਾ ਰੋਬ ਕਿਸੇ ਦਾ ਨੀ ਚੱਲਦਾ, ਏਰੀਏ ਚ ਸਿੱਕਾ ਪੂਰਾ ਮਿੱਤਰਾਂ ਦਾ ਚੱਲਦਾ, ਏਰੀਏ ਚ ਸਿੱਕਾ ਪੂਰਾ ਮਿੱਤਰਾਂ ਦਾ ਚੱਲ। ਯਸ਼ ਮਿਹਨਤਾਂ ਦੇ ਨਾਲ ਅੱਜ ਇੱਥੋਂ ਤੱਕ ਆਇਆ, ਟਾਈਮ ਰੱਬ ਨੇ ਲਿਆਂਦਾ, ਗੇਮ ਪਾਉਣਾ ਜਾਣਦੇ, ਜਿੱਥੇ